ਹਾਂਜੀ, ਸਵੇਰੇ ਸਵੇਰੇ ਦਿਲ ਹੈ ਲਾਈਟ ਵਾਲਾ ਨਾਸ਼ਤਾ ਕਰਨ ਨੂੰ। ਸਾਡੇ ਬਣ ਰਿਹਾ ਬੇਸਣ ਦਾ ਪੂੜਾ ਅਤੇ ਨਾਲੇ ਬਣ ਰਹੀ ਹੈ ਇਡਲੀ, ਇਡਲੀ ਦੇ ਨਾਲ ਖਾਣ ਨੂੰ ਫਿਰ ਮੈਨੂੰ ਚਾਹੀਦੀ ਹੁੰਦੀ ਹੈ। ਮੈਂ ਜੇ ਇਡਲੀ ਖਾਣੀ ਹੋਵੇ ਤਾਂ ਫਿਰ ਮੈਨੂੰ ਚਾਹੀਦੀ ਹੁੰਦੀ ਹੈ ਇੱਕ ਚਟਨੀ, ਇੱਕ ਲਾਲ ਵਾਲੀ, ਇੱਕ ਨਾਰੀਅਲ ਵਾਲੀ। ਲਓ ਫਿਰ ਅਸੀਂ ਨਾਰੀਅਲ ਫਰੈਸ਼ ਲਿਆਂਦਾ ਸੀਗਾ ਅਤੇ ਇਹ ਨਾਰੀਅਲ ਫਰੈਸ਼ ਨੂੰ ਅਸੀਂ ਸਾਰਾ ਇਹਦੇ ਵਿੱਚ ਇੱਕ ਨਾਰੀਅਲ ਦੇ ਵਿੱਚੋਂ ਅਸੀਂ ਥੋੜ੍ਹਾ ਜਿਹਾ ਖਾਇਆ, ਬਾਕੀ ਇਹਦੇ 'ਚ ਪਾ ਦਿੰਦੇ ਹਾਂ। ਠੀਕ ਹੈ ਜੀ, ਦੋ ਕੁ ਲਾਲ ਮਿਰਚਾਂ ਅਤੇ ਦੋ ਪੀਸ, ਦੋ ਤਿੰਨ ਪੀਸ ਇਮਲੀ ਦੇ, ਇਹ ਪਾ ਦਿੰਦੇ ਹਾਂ। ਫਿਰ ਅਸੀਂ ਵਿੱਚ ਪਾ ਦਿੰਦੇ ਹਾਂ ਛੋਲੇ। ਠੀਕ ਹੈ ਜੀ, ਅਤੇ ਛੋਲੇ ਪਾ ਕੇ ਅਤੇ ਪਾਵਾਂਗੇ ਨਮਕ। ਚਨਾ ਪੀਸੇਗਾ ਕਿਵੇਂ? ਪੀਸੇਗਾ ਦਹੀਂ ਨਾਲ, ਦਹੀਂ ਦੇ ਦੋ ਤਿੰਨ ਚਮਚ ਜਿਹੜੇ ਆ ਖੱਟੇ ਹੋਵੇ ਤਾਂ ਬਾਤ ਕਿਆ ਹੈ, ਅਤੇ ਜੇ ਨਾ ਵੈਸੇ ਅਸੀਂ ਇਮਲੀ ਵੀ ਪਾ ਦਿੱਤੀ ਹੈ। ਫਿਰ ਅਸੀਂ ਪਾ ਦਿੰਦੇ ਹਾਂ ਮਿਰਚਾਂ, ਮੈਂ ਪਾ ਦਿੱਤੀਆਂ ਹਰੀਆਂ ਸ਼ਾਇਦ, ਅਤੇ ਥੋੜ੍ਹਾ ਜਿਹਾ ਨਮਕ। ਠੀਕ ਹੈ, ਬਾਕੀ ਹਰੀਆਂ ਮਿਰਚਾਂ ਨੇ ਤਾਂ ਲਾਲ ਨਹੀਂ ਪਾਉਂਦੇ, ਇਹਨੂੰ ਪੀਸ ਲੈਂਦੇ ਹਾਂ। ਬਣ ਗਿਆ ਤੁਹਾਡਾ ਨਾਰੀਅਲ ਦੀ ਚਟਨੀ ਦਾ ਸੌਦਾ, ਬੜੀ ਮਜ਼ੇਦਾਰ ਵਿੱਚ ਰਹਿ ਤਾਂ ਨਹੀਂ ਗਏ, ਲੱਗ ਤਾਂ ਨਹੀਂ ਰਿਹਾ ਰਹੇ ਹੋ, ਕਿਉਂਕਿ ਅਸੀਂ ਪਤਲੇ ਪਤਲੇ ਕੱਟੇ ਸੀਗੇ ਅਤੇ ਬਹੁਤ ਵਧੀਆ। ਇਹਨੂੰ ਹੁਣ ਰਾਈ ਦਾ ਤੜਕਾ ਲਗਾਵਾਂਗੇ। ਜੇ ਪਾਓ ਤੇਲ ਅਤੇ ਇਹਨੂੰ ਗਰਮ ਹੋਣ ਦਿੰਦੇ ਹਾਂ ਅਤੇ ਫਿਰ ਪਾਉਂਦੇ ਹਾਂ ਰਾਈ, ਪਾਉਂਦੇ ਹਾਂ ਰਾਈ, ਲਾਲ ਮਿਰਚ ਅਤੇ ਬਾਅਦ ਵਿੱਚ ਥੋੜ੍ਹੀ ਦੇਰ ਰੁਕ ਕੇ ਪਾਉਂਦੇ ਹਾਂ ਕੜੀ ਪੱਤਾ। ਉਤਾਰ ਕੇ ਪਾਓ ਕੜੀ ਪੱਤਾ, ਕਿਉਂਕਿ ਇਹ ਕਰਦਾ ਤੜਕ 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 ਤੜਕ, ਪਾਣੀ ਹੁੰਦਾ ਨਾ ਵਿੱਚ, ਅਤੇ ਇਸ ਨੂੰ ਅਸੀਂ ਪਾਵਾਂਗੇ ਉਹਦੇ ਉੱਪਰ ਸਾਡੀ ਚਟਨੀ। ਜਿਹਨੂੰ ਹੱਥ ਆਉਂਦਾ ਕੰਮ ਹੀ ਨਹੀਂ ਨਿਬੜਦਾ, ਜਿਹੜਾ ਕਿਚਨ 'ਚ ਲੱਗੇ ਹੋ ਮੈਂ ਲੱਗਦਾ ਤਾਂ ਐਵੇਂ ਹੀ ਹੁੰਦਾ, ਤੁਹਾਡਾ ਵੀ ਇੰਝ ਹੁੰਦਾ? ਮੈਂ ਤਾਂ ਖਾਣਾ ਜਿੰਨਾ ਬਣਾਉਂਦੀ ਹਾਂ ਪਤਾ ਨਹੀਂ 40 ਵਾਲੀ ਹੱਥ ਧੋਣੀ ਹੈਗੀਆਂ। ਅਤੇ ਅੱਜ ਪਤਾ ਕੀ ਬਣਾਇਆ ਅਸੀਂ? ਅੱਜ ਬਣਾਈਏ ਇਡਲੀ ਨਾਲ ਚਟਨੀ, ਨਾਲ ਅਸੀਂ ਬਣਾਈ ਨਾਰੀਅਲ ਦੀ ਚਟਨੀ, ਨਾਲ ਸਾਡੇ ਕੋਲ ਹੈਗੀ ਹੈ ਲਾਲ ਵਾਲੀ, ਰੈੱਡ ਚਿੱਲੀ ਵਾਲੀ ਚਟਨੀ, ਟਮੈਟੋ ਚਟਨੀ। ਅੱਜ ਸਾਡੇ ਕੋਲ ਸਾਊਥ ਇੰਡੀਅਨ ਸਾਂਬਰ ਨੂੰ ਛੱਡ ਕੇ, ਪਹਿਲਾਂ ਮੈਂ ਤੈਨੂੰ ਕਹਿਣ ਲੱਗੀ ਵੀ ਸਾਂਬਰ ਬਣਾ ਨਹੀਂ ਸਕੀ ਸਵੇਰੇ, ਅਤੇ ਚਲੋ ਉੱਥੋਂ ਮੰਗਾ ਲੈਂਦੇ ਹਾਂ। ਫਿਰ ਮੈਂ ਕਿਹਾ ਸਵਾਦ ਤਾਂ ਲੱਗਦਾ ਕੋਈ ਨਹੀਂ ਹੈਗਾ, ਸਵਾਦ ਤਾਂ ਘਰਦਾ ਹੀ ਲਵਾਂ, ਹੈ ਨਾ, ਅਤੇ ਮੈਂ ਕਿਹਾ ਚੱਲ ਇਹਦੇ ਨਾਲ ਹੀ ਖਾ ਲਵਾਂਗੇ ਚਾਹ ਚੂਹ। ਉਹ ਵਾਂਸ ਵਾਈਲ ਅੱਛਾ ਲੱਗਦਾ ਕਿ ਚਲੋ ਕਦੀ ਚਲੇ ਗਏ, ਚਲੇ ਗਏ ਉੱਥੇ, ਉੱਥੇ ਠੀਕ ਲੱਗਦਾ ਕਿਉਂਕਿ ਫਰੈਸ਼ ਹੁੰਦਾ। ਮੈਂ ਇੱਕ ਅੱਧੀ ਵਾਰੀ ਨਾ ਪਹਿਲਾਂ ਘਰ ਮੰਗਾ ਕੇ ਵੇਖਿਆ ਅਤੇ ਜ਼ਰਾ ਸਵਾਦ ਨਹੀਂ ਆਉਂਦਾ। ਸਾਡੇ ਕੋਲ ਜੀ ਟਮੈਟੋ ਚਿੱਲੀ ਸਾਰੀਆਂ ਚਟਨੀਆਂ ਹੈਗੀਆਂ ਨੇ, ਬਹੁਤ ਪ੍ਰਿਆ ਦੀਆਂ ਚਟਨੀਆਂ ਨੇ, ਬਹੁਤ ਅੱਛੀਆਂ, ਅਵੇਲੇਬਲ ਘੱਟ ਹੁੰਦੀਆਂ ਨੇ ਪਰ ਸਵਾਦ ਬਹੁਤ ਹੁੰਦੀਆਂ ਨੇ। ਅਤੇ ਹੁਣ ਅਸੀਂ ਅੱਜ ਜਿਹੜੀ ਬਣਾਈ ਹੈ ਮੇਨ ਰੈਸਪੀ ਸਾਡੀ ਚਟਨੀ ਦੀ ਹੈ, ਦੇਖੋ ਦਿਖਾਓ ਜੀ ਅੱਗੇ ਹੋ ਕੇ, ਇਹ ਜੇ ਸਾਡੇ ਤੜਕੇ ਤੋਂ ਬਾਅਦ ਚਟਨੀ। ਔਰ ਹੁਣ ਅਸੀਂ ਨਾ ਇੱਕ ਦੋ ਡੰਗ ਮੈਨੂੰ ਲੱਗਦਾ ਸਾਊਥ ਇੰਡੀਅਨ ਖਾ ਲਈਏ, ਟਾਈਮ ਓਕੇ ਜੀ। ਕੈਸੀ ਬਣੀ ਹੈ? ਬਹੁਤ ਟੇਸਟੀ, ਨਮਕ ਵਗੈਰਾ ਠੀਕ ਹੈ? ਯੂ ਲਾਈਕ ਇਟ ਵੈਰੀ ਮਚ? ਅਤੇ ਇਹ ਲਓਗੇ ਇੱਕ? ਇੱਕ ਲਾ ਲਓ। ਹਾਏ ਹਾਏ ਬੜੀ ਸਖਤ ਕੁੜੀ ਹੈ, ਚਟਨੀ ਲੈ ਲਈ ਮੈਂ। ਇੱਥੇ ਪਾਪਾ ਜੀ ਕਰੋ ਇੰਤਜ਼ਾਰ, ਇੱਕ ਮਿੰਟ ਬਾਈ। ਅੱਜ ਦੀ ਵਿਸ਼ੇਸ਼ ਚੀਜ਼ ਜਿਹੜੀ ਸ਼ੋਅ ਕੀਤੀ ਅਸੀਂ ਉਹ ਹੋਵੇ ਨਾਰੀਅਲ ਦੀ ਚਟਨੀ, ਚਟਨੀ ਸਪੈਸ਼ਲ ਹੈ।
ਯੈਸ ਬਾਕੀ ਤੇ ਇਡਲੀ ਵਗੈਰਾ ਹੀ ਇਹ ਗੰਡੂਰ ਯਾਦ ਆ ਗਿਆ ਮੈਨੂੰ ਉੱਥੇ ਖਾਈ ਸੀ ਪਹਿਲੇ ਵਾਰੀ ਉੱਥੇ ਬਹੁਤ ਮੈਂ ਥੱਬਿਆ ਤਾਂ ਮਲਟ ਜਾਈ ਉੱਥੇ ਜਦੋਂ ਸਵੇਰੇ ਡੋਸਾ ਮੰਗਾਈਦਾ ਨਾ ਭੋਗ ਚਾਉਂਦੀ ਸੀ ਨਾਲ ਹੀ ਆ ਜਾਂਦੀ ਸੀ ਭੋਗ ਚਾਉਂਦੀ ਸੀ ਨਾ ਬੜੀ ਮੈਂ ਜਨਾਬ ਜਿੰਨੀਆਂ ਮਰਜ਼ੀ ਖਾਓ ਗੱਲ ਕਿਹੜੀ ਹੈ ਮੈਂ ਤਾਂ ਆਪਣੀ ਧੀ ਨਾਲ ਥੋੜ੍ਹਾ ਜਿਹਾ ਇਹ ਵੀ ਸ਼ੇਅਰ ਕਰਾਂਗੀ ਬੇਸਣ ਦਾ ਪੂੜਾ ਰਾਤੀ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਤੁਸੀਂ ਨਾਰੀਅਲ ਕਦੋਂ ਲੈ ਕੇ ਆਏ ਦਿੱਤਾ ਕੀ ਇਹਨਾਂ ਨੇ ਰੱਖ ਦਿੱਤਾ ਅਤੇ ਉੱਤੇ ਰੱਖ ਦਿੱਤੇ ਬ੍ਰੈਡ ਦੇ ਪੈਕਟ ਹੈਂ ਮੈਂ ਕੱਲ੍ਹ ਬ੍ਰੈਡ ਚੱਕੀ ਮੈਂ ਕਿਹਾ ਬ੍ਰੈਡ ਦੇ ਦਿਓ ਸਾਰੀ ਜਿਹੜੀ ਬਚੀ ਹੋਈ ਹੈ ਜੇ ਦੇਖਿਆ ਥੱਲੇ ਨਾਰੀਅਲ ਮੈਨੂੰ ਨਾ ਕਿਸੇ ਨੇ ਦਿਖਾਈ ਨਾ ਮੈਨੂੰ ਪਤਾ ਫਿਰ ਰਾਤੀ ਮੈਂ ਡਿਸਾਈਡ ਕਰ ਲਿਆ ਵੀ ਅੱਜ ਨਾਰੀਅਲ ਦੀ ਚਟਨੀ ਬਣਾਵਾਂਗੀ ਸਭ ਦੀ ਪਸੰਦ ਹੈ ਇਹਦੇ ਨਾਲ ਵੀ ਬੜੀ ਸਵਾਦ ਲੱਗਦੀ ਪੂੜੇ ਨਾਲ ਬੜੀ ਅੱਛੀ ਲੱਗਦੀ ਅੱਜ ਅੱਜ ਬੱਚੇ ਕੀ ਲੈ ਗਏ ਨੇ ਬਾਈ ਆਲੂ ਪਰੌਂਠੀ ਆਲੂ ਪਰੌਂਠੀ ਅਤੇ ਆਲੂ ਵਾਲੀ ਪਰੌਂਠੀ ਆਲੂ ਵਾਲੀ ਪਰੌਂਠੀ ਓਕੇ ਅਤੇ ਛੋਟਾ ਅਰਜ਼ੀ ਫਰੂਟ ਫਰੂਟ ਹੁਣ ਫਿਰ ਕਿਵੀ ਤਾਂ ਮਿਲਦੀ ਨਹੀਂ ਕੀ ਲੈ ਕੇ ਜਾਂਦਾ ਐਪਲ ਨਾਸ਼ਪਤੀ ਲੈ ਜਾਂਦਾ ਪਰਸੋਂ ਤਾਂ ਮੈਂ ਗਰੇਪਸ ਲਿਆਂਦਾ ਨਾ ਤੈਨੂੰ ਉਹ ਵੀ ਨਹੀਂ ਚੰਗੇ ਨਹੀਂ ਗਰਮ ਹੋਰ ਕਰਦੇ ਗਰਮ ਨਹੀਂ ਪਰੋ ਹੋਰ ਦਿਓ ਹੋਰ ਦਿਓ ਇਕੱਲੀ ਚਟਨੀ ਵੀ ਖਾ ਲੈਂਦੇ ਆ ਛੋਲਿਆਂ ਦੀ ਦਾਲ ਪੁੱਜੇ ਛੋਲੇ ਬਿਨਾਂ ਛਿਲਕੇ ਵਾਲੇ ਜਿਹੜੇ ਆ ਨਾ ਤੁਸੀਂ ਲਿਆਂਦੇ ਸੀ ਜਿਹੜੇ ਉਹ ਪਾਏ ਨੇ ਉਹ ਵੈਸੇ ਹੀ ਉਹ ਹੈ ਬੈਟਰ ਆਪਸ਼ਨ ਹੈ ਯਾ ਕੈਲਰੀ ਵਾਈਜ਼ ਯਾ ਤੇ ਬਾਕੀ ਇਹ ਦੂਜਾ ਤੇ ਤੜਕਾ ਲਾਇਆ ਨਾਰੀਅਲ ਪਾਇਆ ਥੋੜੀ ਇਮਲੀ ਪਾਈ ਹੈ ਸਾਡੇ ਜੀ ਸਾਊਥ ਇੰਡੀਅਨ ਆ ਪ੍ਰੀਆ ਵੀ ਸਾਊਥ ਇੰਡੀਅਨ ਨਹੀਂ ਖਾ ਰਹੇ ਉਹ ਤੇ ਖਾਈ ਸਾਊਥ ਇੰਡੀਅਨ ਤੇ ਨਾਲੇ ਉਹ ਪਾਈ ਹੈ ਦਹੀਂ ਅੱਛਾ ਦਹੀਂ ਨਮਕ ਬਸ ਹੋਰ ਜ਼ਿਆਦਾ ਕੁਝ ਨਹੀਂ ਪਾਇਆ ਜਿਹੜੇ ਉੱਥੇ ਆਪਾਂ ਖਾਂਦੇ ਆ ਉਹਦੇ ਸਾਗਰਾ ਦੇ ਉਹ ਤਾਂ ਇਕੱਲੇ ਨਾਰੀਅਲ ਹੁੰਦਾ ਨਾਰੀਅਲ ਹੁੰਦਾ ਪੀਨਟ ਵੀ ਹੁੰਦਾ ਪਰ ਨਾ ਜੇ ਕਮਰਸ਼ਲਾਈਜ਼ ਜਿੱਥੇ ਹੁੰਦਾ ਉੱਥੇ ਤੁਹਾਨੂੰ ਪਤਾ ਫਿਰ ਥੋੜ੍ਹਾ ਬਹੁਤ ਤਾਂ ਫਰਕ ਹੁੰਦਾ ਹੀ ਹੈ ਲਓ ਜੀ ਫਿਰ ਬਹੁਤ ਮਿਹਰਬਾਨੀ ਸ਼ੁਕਰੀਆ ਕਰੋ ਜੀ ਭੈਣ ਜੀ ਫੋਰ ਵਾਚਿੰਗ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਨਹੀਂ ਇਹਦੀ ਕੁੜੀ ਨੂੰ ਇੰਨਾ ਸੋਹਣਾ ਕਹਿਣਾ ਆਉਂਦਾ ਇੱਕ ਦਿਨ ਆਈ ਕਹਿੰਦੀ ਹੈ ਨਾਨੀ ਵੀਡੀਓ ਪਾਓਗੇ ਮੈਂ ਕਿਹਾ ਹਾਂਜੀ ਬਣਾਵਾਂਗੇ ਕਹਿੰਦੀ ਮੈਂ ਉੱਥੇ ਕਹਿਣਾ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਹਾਏ ਸਦਕੇ ਜਾਵਾ ਸੋ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਤੁਸੀਂ ਵੀ ਕਰ ਦੇਣਾ ਸ਼ੇਅਰ